ਹਾਂਜੀ ਸਟਾਰਟ ਕਰਦੇ ਹਾਂ ਫਰਸਟ ਕੁਐਸਚਨ ਤੋਂ ਉਹ ਦਰਵ ਜਾਂ ਪਦਾਰਤ ਜਿਸ ਵਿੱਚੋਂ ਤਰੰਗ ਗੁਜ਼ਰਦੀ ਹੈ ਉਹਨੂੰ ਡੈਸ਼ ਕਿਹਾ ਜਾਂਦਾ ਹੈ ਹਾਂਜੀ ਉਹਨੂੰ ਕੀ ਕਿਹਾ ਜਾਂਦਾ ਹੈ ਮਾਧਿਅਮ ਆਪਸ਼ਨ ਫਰਸਟ ਹੈ ਜਿਹੜਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਹੈਗਾ ਹੈ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ ਚਾਰ ਆਪਸ਼ਨ ਦਿੱਤੇ ਹੋ ਨੇ ਫਰਸਟ ਹੈ ਯਾਂਤ੍ਰਿਕ ਤਰੰਗ ਸੈਕਿੰਡ ਦਿੱਤਾ ਜੀ ਬਿਜਲੀ ਚੁੰਬਕੀ ਤਰੰਗ ਥਰਡ ਹੈਗਾ ਹੈ ਅਯਾਂਤ੍ਰਿਕ ਤਰੰਗ ਤੇ ਫੋਰth ਦਿੱਤਾ ਹੈ ਰੋਸ਼ਨੀ ਤਰੰਗ ਹਾਂਜੀ ਤਰੰਗਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਯਾਂਤ੍ਰਿਕ ਤੇ ਅਯਾਂਤ੍ਰਿਕ ਤਰੰਗ ਯਾਂਤ੍ਰਿਕ ਨੂੰ ਕਹਿੰਦੇ ਨੇ ਮਕੈਨਿਕਲ ਵੇਵ ਤੇ ਅਯਾਂਤ੍ਰਿਕ ਨੂੰ ਕਹਿੰਦੇ ਨੇ ਨੋਨ ਮਕੈਨਿਕਲ ਵੇਵ ਤੇ ਉਹਦਾ ਸੈਕੰਡ ਨੇਮ ਕੀ ਹੈਗਾ ਜੀ ਬਿਜਲੀ ਚੁੰਬਕੀ ਤਰੰਗ ਜਾਂ ਫਿਰ ਇਲੈਕਟ੍ਰੋਮੈਗਨੇਟਿਕ ਵੇਵ ਹਾਂਜੀ ਮਾਧਿਅਮ ਦੀ ਜ਼ਰੂਰਤ ਕਿਹਨੇ ਹੁੰਦੀ ਹੈ ਯਾਂਤ੍ਰਿਕ ਤੰਗਾਂ ਨੂੰ ਜੇਸ ਕੁਐਸਚਨ ਦਾ ਆਪਣਾ ਫਰਸਟ ਆਪਸ਼ਨ ਜਿਹੜਾ ਕਰੈਕਟ ਹੋ ਜਾਵੇਗਾ ਤੇ ਆਪਸ਼ਨ ਡੀ ਦਿੱਤਾ ਹੈ ਜੀ ਰੋਸ਼ਨੀ ਤਰੰਗ ਇਹ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ ਅਯਾਂਤ੍ਰਿਕ ਤਰੰਗ ਦੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹੇਟ ਲਿਖਿਆਂ ਵਿੱਚੋਂ ਕਿਸ ਨੂੰ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ ਹਾਂਜੀ ਕਿਨੂੰ ਹੁੰਦੀ ਹੈ অপਸ਼ਨ ਨੰਬਰ ਡੀ ਹੋ ਜਾਵੇਗਾ ਤੁਨੀ ਤਰੰਗ ਜਦੋਂ ਮਾਧਿਅਮ ਦੇ ਕਣਾਂ ਦੇ ਕੰਪਨ ਦੀ ਦਿਸ਼ਾ ਤਰੰਗ ਦੀ ਗਤੀ ਦੇ ਦਿਸ਼ਾਵਲ ਹੋਵੇ ਤਾਂ ਉਸ ਨੂੰ ਡੈਸ਼ ਕਿਹਾ ਜਾਂਦਾ ਹੈ ਹਾਂਜੀ ਜਦੋਂ ਮਾਧਿਅਮ ਦੇ ਕਣਾਂ ਦੇ ਕੰਪਨ ਦੀ ਦਿਸ਼ਾ ਤਰੰਗ ਦੀ ਗਤੀ ਦੇ ਦਿਸ਼ਾਵਲ ਹੋਵੇ ਤਾਂ ਉਹਨੂੰ ਕੀ ਕਿਹਾ ਜਾਂਦਾ ਜੀ ਕਿਹੜੀ ਤਰੰਗ ਹੁੰਦੀ ਹੈ ਉਹ ਲੋਂਗੀਟਿਊਡਨਲ ਤਰੰਗ অপਸ਼ਨ ਬੀ ਹੈ ਜਿਹੜਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸ਼ਨ ਹੈਗਾ ਹੈ ਹੇਠ ਲਿਖੇ ਕਿਹੜੇ ਮਾਧਿਅਮ ਵਿੱਚੋਂ ਲੌਂਗੀਟਿਊਡਨਲ ਤਰੰਗਾਂ ਚੱਲ ਸਕਦੀਆਂ ਹਨ ਤਾਂ ਲੌਂਗੀਟਿਊਡਨਲ ਤਰੰਗਾਂ ਠੋਸ, ਦਰਬ ਤੇ ਗੈਸ ਤੇ ਇਹਨਾਂ ਵਿੱਚ ਚੱਲ ਸਕਦੀਆਂ ਨੇ ਇਸ ਕੁਐਸ਼ਨ ਦਾ ਆਪਸ਼ਨ ਡੀ ਹੈ ਜਿਹੜਾ ਕਰੈਕਟ ਹੋ ਜਾਵੇਗਾ ਇਹਨਾਂ ਸਾਰਿਆਂ ਵਿੱਚੋਂ ਨੈਕਸਟ ਕੁਐਸ਼ਨ ਹੈਗਾ ਜੀ ਜਦੋਂ ਮਾਧਿਅਮ ਦੇ ਕਣ ਤਰੰਗ ਚੱਲਣ ਦੀ ਗਤੀ ਦੇ ਦਿਸ਼ਾ ਦੇ ਲੰਬਾਤਮਕ ਕੰਪਨ ਕਰਦੇ ਹੋਣ ਅਜਿਹੀ ਤਰੰਗ ਨੂੰ ਡੈਸ਼ ਕਿਹਾ ਜਾਂਦਾ ਹੈ ਤਾਂ ਅਜਿਹੀ ਤਰੰਗ ਨੂੰ ਕੀ ਕਿਹਾ ਜਾਂਦਾ ਜੀ ਟਰਾਂਸਵਰਸ ਤਰੰਗ ਆਪਸ਼ਨ ਏ ਹੈ ਜਿਹੜਾ ਆਪਣਾ ਕੋਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਟਰਾਂਸਵਰਸ ਤਰੰਗਾਂ ਹੇਠ ਲਿਖਿਆਂ ਵਿੱਚੋਂ ਕਿਹੜੇ ਮਾਧਿਅਮ ਵਿੱਚ ਨਹੀਂ ਚੱਲ ਸਕਦੀਆਂ ਹਾਂ ਹਾਂਜੀ ਟਰਾਂਸਵਰਸ ਤਰੰਗਾਂ ਕਿਹੜੇ ਮਾਧਿਅਮ ਵਿੱਚ ਨਹੀਂ ਚੱਲ ਸਕਦੀਆਂ ਤਾਂ ਗੈਸ ਵਿੱਚ ਨਹੀਂ ਚੱਲ ਸਕਦੀਆਂ ਆਪਸ਼ਨ ਸੀ ਹੈ ਜਿਹੜਾ ਆਪਣਾ ਕੋਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਟਰਾਂਸਵਰਸ ਤਰੰਗਾਂ ਡੈਸ਼ ਅਤੇ ਡੈਸ਼ ਦੇ ਰੂਪ ਵਿੱਚ ਚਲਦੀਆਂ ਹਨ ਤਾਂ ਇਸ ਕੁਐਸਚਨ ਦਾ ਜਿਹੜਾ ਆਪਸ਼ਨ ਤੁਸੀਂ ਸਹੀ ਕਰ ਲੈਣਾ ਸੀ ਕਰੈਸਟ ਤੇ ਇੱਥੇ ਲਿਖ ਲੈਣਾ ਜੀ ਟਰਫ ਕ੍ਰੈਸਟ ਤੇ ਟ੍ਰਫ ਆਪਸ਼ਨ ਸੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸ਼ਨ ਵੱਲ ਚਲਦੇ ਆ ਨੈਕਸਟ ਕੁਐਸ਼ਨ ਦਿੱਤਾ ਹੈ ਦੋ ਲਗਾਤਾਰ ਕ੍ਰੈਸਟ ਜਾਂ ਟ੍ਰਫ ਦੇ ਵਿਚਕਾਰ ਦੀ ਦੂਰੀ ਨੂੰ ਕੀ ਕਿਹਾ ਜਾਂਦਾ ਹੈ ਦੋ ਲਗਾਤਾਰ ਕ੍ਰੈਸਟ ਜਾਂ ਟ੍ਰਫ ਦੇ ਵਿਚਕਾਰ ਦੀ ਦੂਰੀ ਨੂੰ ਕੀ ਕਿਹਾ ਜਾਂਦਾ ਹੈ ਤਾਂ ਇਹਨੂੰ ਕਿਹਾ ਜਾਂਦਾ ਜੀ ਤਰੰਗ ਲੰਬਾਈ ਵੇਵ ਲੈਂਥ ਆਪਸ਼ਨ ਡੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸ਼ਨ ਹੈਗਾ ਜੀ ਲੋਂਗੀਟਿਊਡਨਲ ਤਰੰਗਾਂ ਡੈਸ਼ ਤੇ ਡੈਸ਼ ਦੇ ਰੂਪ ਵਿੱਚ ਚਲਦੀਆਂ ਹਨ অপশন বি ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨਪੀੜਨ ਤੇ ਵਿਰਲਨ ਦੇ ਰੂਪ ਵਿੱਚ ਚਲਦੀਆਂ ਹਨ। ਏਟ ਲਿਕਿਆਂ ਵਿੱਚੋਂ ਮਾਧਿਅਮ ਦੇ ਕਿਹੜੇ ਜਗ੍ਹਾ ਤੇ ਦਬਾਅ ਤੇ ਘਣਤਾ ਜ਼ਿਆਦਾ ਹੁੰਦੀ ਹੈ? ਹਾਂਜੀ ਕਿਹੜੇ ਪੁਆਇੰਟ ਤੇ ਹੁੰਦੀ ਹੈ? ਨਪੀੜਨ ਤੇ। অপশন ਸੀ ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ। ਨੈਕਸਟ ਕੁਐਸਚਨ ਹੈਗਾ ਏਟ ਲਿਕਿਆਂ ਵਿੱਚੋਂ ਮਾਧਿਅਮ ਦੇ ਕਿਹੜੇ ਜਗ੍ਹਾ ਤੇ ਦਬਾਅ ਤੇ ਘਣਤਾ ਘੱਟ ਹੁੰਦੀ ਹੈ? ਹਾਂਜੀ ਕਿਹੜੇ ਥਾਂ ਤੇ ਕੱਟ ਹੁੰਦੀ ਹੈ ਤਾਂ ਆਪਸ਼ਨ ਡੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਵੇਰਲਨ ਹੇਟ ਲਿਕਿਆਂ ਵਿੱਚੋਂ ਕਿਹੜੀ ਲੌਂਗਿਟਿਊਡਨਲ ਤਰੰਗ ਦੀ ਉਦਾਹਰਨ ਨਹੀਂ ਹੈ ਹਾਂਜੀ ਹੇਟ ਲਿਕਿਆਂ ਵਿੱਚੋਂ ਕਿਹੜੀ ਲੌਂਗਿਟਿਊਡਨਲ ਤਰੰਗ ਦੀ ਉਦਾਹਰਨ ਨਹੀਂ ਹੈ ਚਾਰ ਆਪਸ਼ਨ ਨੇ ਫਸਟ ਹੈਗਾ ਤੁਨੀ ਤਰੰਗ ਸੈਕੰਡ ਦਿੱਤਾ ਹੈ ਸਪ੍ਰਿੰਗ ਤੋਂ ਉਤਪੰਨ ਤਰੰਗ ਥਰਡ ਹੈਗਾ ਪੁਚਾਲ ਤਰੰਗ ਤੇ ਫੋਰਥ ਹੈਗਾ ਜੀ ਖਿੱਚੀ ਹੋਈ ਰੱਸੀ ਵਿੱਚ ਉਤਪੰਨ ਤਰੰਗ ਤਾਂ ਆਪਸ਼ਨ ਡੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਖਿੱਚੀ ਹੋਈ ਰੱਸੀ ਵਿੱਚ ਉਤਪੰਨ ਤਰੰਗ